ਆਪਾਂ ਜੀ ਹੁਣ ਦੂਜੇ ਪੁਆਇੰਟ ਤੇ ਜਾ ਰਹੇ ਆ ਪਹਿਲੇ ਪੁਆਇੰਟ ਤੇ ਹਾਥੀ ਦਰਿਆਈ ਘੋੜਾ ਚੀਤਾ ਵੇਖ ਲਏ ਆ ਹੁਣ ਅਗਲੇ ਪਾਸੇ ਵੇਨੇ ਜਾਏ ਕੀ ਆਉਂਦਾ ਨਿਮਰਤ ਕੀ ਦੇਖਿਆ ਤੁਸੀਂ ਦੱਸੋ ਖਰੀ ਹਲੀ ਮਲ कुत्ता ही लगता पे मेनू तो बल्ली लगता भेड़िया के बल्ली तो नहीं आ गया अपना फूड आ गया जी असि ऑर्डर किया मैगी वेरका दा अमूल दूध मिल्क बादाम टाइप मैगी नू टाइम लगना है मैगी नू टाइम लगना है बस ले आ रहे हैं किवें वेला मैगी बढ़िया स्वाद है थोड़ी जी है कॉस्टली है ना कॉस्टली तो की हुंदा 50 रुपीस दिए थे कुछ भी नहीं दीती पानी या नाना हुंदा फिर ज्यादा स्वाद लगनी हां क्यों बंद कर दो आज जाली लगी पुत्तु बाहर है आज जाली लगी है ना नहीं सो गाइस असि जा रहे हैं जी शेर देखन जंगल दे विच सफारी देख के आ गए हैं पर लॉयन देखे ने चार पांच लॉयन सीगे ते हुन नेक्स्ट पॉइंट है लियोपर्ड पॉइंट वेट कर रहे हैं सी अपनी सफारी दा लो जी आ गई साडी फॉर्च्यूनर आ वे हां दे गई हां लियोपर्ड देख लेने हैं पहला मम्मी तू आया आ जाओ अपन लियोपर्ड देख लेने हैं नेक्स्ट इज जगुआर जगुआर ते लगदा सो रहे है नींद पूरी करता पे अपनी किथे वे ओ छोटा जा बच्चा है किथे वे मेनू किसी ओ देख गोला जा बन के बैठा आ वे हां आई आ इथे हुंदा ना मेरा ये एक्टिव हुंदा है बड़ा है ना ये शिकार पालदा आ जा मूविंग वाली पाड़ के बाहर आंदा ही नहीं आ पिछली और बीती थी हां ऐ भी करते निमरत देख ली आ वे आवाज मारो इनू तेंदुआ एंट्री टू डायनासोर पार्क कुछ कुछ चीजा काफी वधिया भी बनाई हुई है ना एंट्री क्लोज्ड नहीं जा पावांगे आप अंदर हां जा नहीं सकते भाई अंदर उधर वड़ जाना ही बढ़ जो टाइम हो गया आ जाओ आ जाओ लाओ तो मुंह वेखी हिलदा पे है डायनासोर चला के जांदे सन ना ना चलांदे ते बंदे ही सन पर डायनासोरां ने फड़ ली जाने नहीं दित्ती ओदों दी खड़ी ये उन्होंने किसी नाम करके गड्डी रखी हुई है मैं वीडियो बनाने दे शायद है नहीं कुछ ही लोग ना देगी डायनासोर ने तोर तोर गया डायनासोर ने डायनासोर है पहला के टाइप का डायनासोर बेबी नहीं
ਸੱਪਾਂ ਤੋਂ ਬਹੁਤ ਡਰ ਲੱਗਦਾ ਬਾਈ ਮੈਨੂੰ ਵੇਖ ਕੇ ਸੱਪ ਨਾ ਮੈਨੂੰ ਖੇਚ ਚੜ ਜਾਂਦੀ ਹੈ ਗਾਇਸ ਪਾਣੀ ਆਪਣਾ ਜ਼ਰੂਰ ਨਾਲ ਲੈ ਕੇ ਆਓ ਕਿਉਂਕਿ ਅਸੀਂ ਪਾਣੀ ਗੱਡੀ ਚ ਬੋਟਲ ਭੁੱਲ ਗਏ ਆ ਤੇ ਅੰਦਰ ਕਿਤੇ ਵੀ ਪੀਣ ਵਾਲਾ ਪਾਣੀ ਨਹੀਂ ਮਿਲਦਾ ਮਤਲਬ ਡਰਿੰਕਿੰਗ ਵਾਟਰ ਮਿਲਦਾ ਸੋ ਆ ਫਿਲਟਰ ਪਾਣੀ ਇੱਥੇ ਹੈਗਾ ਬਾਕੀ ਉਤੇ ਕੋਈ ਗਲਾਸ ਵਗੈਰਾ ਨਹੀਂ ਹੱਥ ਨਾਲ ਹੀ ਪੀਣਾ ਪਏਗਾ ਮੇਨ ਪੁਆਇੰਟ ਆਫ ਦਾ ਜ਼ੂ ਸੱਪਾਂ ਦਾ ਘਰ ਰੈਪਟਾਈਲ ਹਾਊਸ ਪੰਜਾਬੀ ਚ ਜਿਹਨੂੰ ਕਹਿੰਦੇ ਨੇ ਸੱਪਾਂ ਦਾ ਘਰ ਇਹਨਾਂ ਦੇ ਉੱਤਰ ਦੇ ਵੀ ਖੂਨ ਜੀ ਜੀ ਹਨਾ ਹਾਂ ਕਹਿੰਦੇ ਨੇ ਮੈਂ ਸੁਣਿਆ ਜੇ ਅੱਖਾਂ ਤੇ ਲਾਓ ਤੇ ਅੱਖਾਂ ਦੀ ਰੋਸ਼ਨੀ ਵੱਧ ਜਾਂਦੀ ਹੈ ਹੁਣ ਸੱਪ ਖਤਮ ਹੋ ਗਏ ਨੇ ਨਾ ਗਿਰਗਟ ਹੈ ਇਹ ਰੰਗ ਬਦਲਦੀ ਹੈ ਨਾ ਲੋ ਜੀ ਅਸੀਂ ਘੁੰਮ ਕੇ ਆ ਗਏ ਵਾਪਿਸ ਤੇ ਟਾਈਮ ਹੋ ਗਿਆ 4:30 ਵੈਸੇ ਐਗਜ਼ਿਟ 5 ਵਜੇ ਵੇ ਅਸੀਂ ਥੋੜਾ ਪਹਿਲਾਂ ਆ ਗਏ ਆ ਬਾਹਰ ਕਿਉਂਕਿ ਅਸੀਂ ਲੈਂਟੇ ਜਾਣਾ ਸ਼ੋਪਿੰਗ ਕਰਨੀ ਹੈ ਸਿਸਟਰ ਜੀ ਸ਼ੋਪਿੰਗ ਕਰਵਾ ਰਹੇ ਨੇ ਤੇ ਆਪਾਂ ਲੈ ਰਹੇ ਆ ਕੱਪੜੇ ਲੋ ਜੀ ਐਗਜ਼ਿਟ ਇੰਡੀਅਨ ਫਲੈਗ ਫ੍ਰੀ ਵਾਈਫਾਈ ਜ਼ੋਨ ਹੈ ਫ੍ਰੀ ਵਾਈਫਾਈ ਜ਼ੋਨ ਹੈ ਉਹ ਗੱਲ ਯਾਦ ਦੇ ਪਾਪੇ ਵਾਲੀ ਔਰ ਪਾਪਾ ਦੁਖੀ ਹੋ ਜਾਂਦਾ ਸੀ ਸਾਰੇ ਬੈਠੇ ਰਹਿਣਾ ਕਹਿੰਦਾ ਕੰਧਾਂ ਦੇ ਨਾਲ ਚਿਪਕ ਚਿਪਕ ਕੇ ਵਾਈਫਾਈ ਚੱਲਦਾ ਹੈ ਪਾਸਵਰਡ ਲਾਤਾ ਇੰਨਾ ਵਧੀਆ ਅਸੀਂ ਵਾਈਫਾਈ ਯੂਜ਼ ਕਰਦੇ ਹੁੰਦੇ ਸਾਂ ਨਹੀਂ ਤੂੰ ਕੀ ਵੇਖ ਰਹੀ ਹੈ ਨੀਤੂ ਦੇਖ ਰਹੀ ਹੈ ਡਰੈਸਿਸ ਅਤੇ ਅਸੀਂ ਉੱਨੀ ਦੇਰ ਤੁਹਾਨੂੰ ਦਿਖਾ ਦਿੰਦੇ ਹਾਂ ਥੋੜ੍ਹਾ ਮੋਲ ਨੀਤੂ ਨੂੰ ਕੁਛ ਪਸੰਦ ਵੀ ਨਹੀਂ ਆ ਰਿਹਾ ਆਹ ਦੇਖ ਲਓ ਬੈੱਡ ਹੈ ਨਾ ਬੈੱਡਾਂ ਵਾਸਤੇ ਬਹੁਤ ਸੋਹਣਾ ਹੈ ਨਾ ਆਹ ਦੇਖੋ ਦੋਨਾਂ ਸਾਈਡ ਅਗਰ ਆਪਾਂ ਰੱਖਣੇ ਤਾਂ ਮੀਡੀਅਮ ਸਾਈਜ਼ ਹੈ ਬਹੁਤ ਸੋਹਣਾ ਛੋਟੇ ਦਾ ਛੋਟਾ ਕਿੱਥੇ ਜਾ ਰਹੇ ਆਪਾਂ ਹੁਣ 11:11 ਹੁਣ ਅਸੀਂ ਜਾ ਰਹੇ ਹਾਂ ਜੀ ਜ਼ਾਰਾ ਦੇ ਸ਼ੋਰੂਮ ਲਾਵਰੀ ਤੇ ਵੀਰਰੀ ਉੱਪਰ ਨੇ ਬੋਇਜ਼ ਸੈਕਸ਼ਨ 'ਚ ਅਸੀਂ ਆ ਚੁੱਕੇ ਹਾਂ ਨੀਚੇ ਗਰਲ ਸੈਕਸ਼ਨ 'ਚ ਸੋ ਦੇਖਦੇ ਹਾਂ ਜੇ ਕੁਛ ਮਿਲਿਆ ਤੇ ਫਿਰ ਤੁਹਾਨੂੰ ਦਿਖਾਵਾਂਗੇ ਹੈਲੋ ਹਾਂਜੀ ਬਸ ਆ ਗਏ ਸੀ ਨੀਚੇ ਆਏ ਠੀਕ ਆ ਨੀਤੂ ਨੇ ਪਸੰਦ ਕੀਤੀ ਹੈ ਜੀ ਆਹ ਵਾਲੀ ਡਰੈਸ ਜਿੰਦ ਨੂੰ ਆ ਜਾਏਗਾ ਕਿੱਥੇ ਗਏ ਨੇ ਕਿਡ ਸੈਕਸ਼ਨ ਕਿਡ ਸੈਕਸ਼ਨ ਚ ਗਏ ਹੋਣਗੇ ਫੋਨ ਕਰਿਓ ਫੋਨ ਕਰਕੇ ਪੁੱਛ ਲਓ ਗਾਈਸ ਲਵ ਤੇ ਰਵੀ ਪ੍ਰੀਤੀ ਪਤਾ ਨਹੀਂ ਕਿਡ ਸੈਕਸ਼ਨ ਚ ਚਲ ਗਏ ਅੱਛਾ ਇੱਧਰ ਨੇ ਬੀਇੰਗ ਹਿਊਮਨ ਕਿੰਨੇ ਦੀ ਮਿਲੀ ਹੈ
ਲਾਫ ਤੇ ਪ੍ਰੋਪਰ ਪੂਰੀ ਸ਼ਾਪਿੰਗ ਕਰਕੇ ਆ ਰਹੇ ਆ ਡਨ ਨੇ ਹੁਣ ਸ਼ਾਪਿੰਗ ਹੁਣ ਕਿੱਧਰ ਚੱਲੇ ਆਪਾਂ ਰੋਟੀ ਖਾਏ ਘਰ ਹਾਂ ਸੋ ਗਾਈਜ਼ ਸ਼ਾਪਿੰਗ ਹੋ ਗਈ ਡਨ ਜੀ ਹੁਣ ਆਪਾਂ ਚੱਲੇ ਆ ਬਾਹਰ ਕਿਉਂਕਿ ਭੁੱਖ ਲੱਗੀ ਹੈ ਤੇ ਸਵੇਰ ਦੀ ਚਾਹ ਨਹੀਂ ਪੀਤੀ ਚਾਹ ਵੀ ਨਹੀਂ ਪੀਤੀ ਤੇ ਸਰੀਰ ਕੰਮ ਹੋਇਆ ਨਸ਼ਾ ਪੂਰਾ ਚੜਿਆ ਹੈ ਵੀ ਚਾਹ ਪੀਣੀ ਹੈ ਹੁਣ ਅਸੀਂ ਜਾ ਰਹੇ ਹਾਂ ਬਾਹਰ ਚਾਹ ਪੀਵਾਂਗੇ ਜਾਂ ਕੁਛ ਖਾਵਾਂਗੇ ਪੀਵਾਂਗੇ ਬਿਕੋਜ਼ ਕਾਫੀ ਜ਼ਿਆਦਾ ਥਕਾਵਟ ਹੋ ਗਈ ਹੈ ਸਵੇਰ ਦੇ ਘਰੋਂ ਇਸ ਟਾਈਮ ਟਾਈਮ ਹੋ ਚੁੱਕਿਆ 7:30 ਅਤੇ ਦੇਖਦੇ ਹਾਂ ਬਾਹਰ ਜਾ ਕੇ ਖਾਣ ਪੀਣ ਨੂੰ ਕੀ ਮਿਲਦਾ ਆਈ ਲਵ ਚੰਡੀਗੜ੍ਹ ਮੈਂ ਤੇ ਖੰਡ ਵਾਲੀ ਸ਼ੂਗਰ ਹਾਂ ਮਸਾਲਾ ਟੀ पाव भाजी नहीं आई पाव भाजी भी एक पाव भाजी आई है भाजी आई है कुल्लड़ चाय उसकी स्पेशल पाव भाजी किदा है टेस्ट लब बढ़िया टेस्टी है ऑर्डर किया है दाल मखनी पनीर के ऑर्डर किया है पनीर बटर मसाला पनीर टिक्का बटर मसाला के नाल ऑर्डर किए ने तंदूरी रोटी की टाइम हो गया लव बाकी समान सवेरे कट लांगे गेट खोल दे हाँ लो जी गड्डी करती है अंदर काफी लेट हो गए सा काफी हेक्टिक दे रहे आज बट बहुत एंजॉय किया है बैक टू होम एदी खुशी देखो शॉपिंग करके बहुत एंजॉय सिस्टर ने आज शॉपिंग करवाई है अपन नु अपनी मौजा ही मौजा